ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਾਰ ਚਿਤ ਮੈਂ ਜੁਦ ਵਿਚਾਰੈ ਦੇਹ ਅਨਿਤ ਨਾਨਿਤ ਰਹੈ ਜਸ ਨਾਵ ਚੜੈ ਪਵ ਸਾਗਰ ਤਾਰੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉ ਉਜਿਆਰੈ ਗਿਆਨੇ ਕੀ ਬਡਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬਹਾਰੈ ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਨਿਮਰ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸੰਗਤ ਬੜੇ ਪ੍ਰੇਮ ਦੇ ਨਾਲ ਨਗਰ ਮਹਿਤਾ ਚੌਂਕ ਵਿਖੇ ਜੋ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਵੱਲੋਂ ਨਗਰਾਂ ਨਗਰਾਂ ਅੰਦਰ ਪਿੰਡਾਂ ਦੇ ਅੰਦਰ ਗੁਰਮਤਿ ਪ੍ਰਚਾਰ ਦੀ ਲਹਿਰ ਦਾ ਆਗਾਜ਼ ਕੀਤਾ ਹੈ। ਅੱਡ ਅੱਡ ਜਗ੍ਹਾ ਉੱਤੇ ਪੜਾਅ ਕਰਦੀਆਂ ਹੋਈਆਂ ਸਿੱਖ ਸੰਗਤਾਂ ਜਿਸ ਨੂੰ ਬੜਾ ਸੁੰਦਰ ਨਾਮ ਦਿੱਤਾ ਗਿਆ ਹੈ ਖਾਲਸਾ ਵਹੀਰ, ਨਗਰ ਮਹਿਤਾ ਚੌਂਕ ਵਿਖੇ ਪਹੁੰਚੇ ਹੋ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਗਰੀਬ ਨਵਾਜ ਨੇ ਜੋ ਸਾਨੂੰ ਖਾਲਸੇ ਨੂੰ ਸਿਧਾਂਤ ਬਖਸ਼ਿਸ਼ ਕੀਤਾ ਹੈ ਉਹ ਹੈ ਬਾਣੀ ਅਤੇ ਬਾਣਾ। ਸਤਿਗੁਰੂ ਜੀ ਦੇ ਰਹਿਤ ਨਾਮਿਆਂ ਦੇ ਵਿੱਚ ਬਚਨ ਆਉਂਦਾ ਹੈ ਕਿ ਜਿਹੜਾ ਸਿੱਖ ਇਕੱਲਾ ਬਾਣੀ ਪੜ੍ਹੇ ਉਹ ਵੀ ਸਾਡੀ ਉਹਦੇ ਉੱਤੇ ਪੂਰੀ ਪ੍ਰਸੰਨਤਾ ਨਹੀਂ ਤੇ ਜਿਹੜਾ ਸਿੱਖ ਬਾਣਾ ਤੇ ਪਾ ਲੈਂਦਾ ਹੈ ਪਰ ਬਾਣੀ ਦਾ ਅਭਿਆਸ ਨਾ ਕਰੇ ਉਹਨੂੰ ਵੀ ਗਰੀਬ ਨਵਾਜ ਨੇ ਪੂਰੀ ਪ੍ਰਸੰਨਤਾ ਜਿਹੜੀ ਹੈ ਆਪਣੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨਹੀਂ ਹਨ। ਰਹਿਤਨਾਮਿਆਂ ਦਾ ਬਚਨ ਹੈ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ। ਜਿਹੜਾ ਵੀ ਸਿੱਖ ਕਲਗੀਧਰ ਦੇ ਦੇਸ਼ ਕਲਗੀਧਰ ਦੇ ਚਰਨਾਂ ਦੇ ਵਿੱਚ ਜਗ੍ਹਾ ਚਾਹੁੰਦਾ ਹੈ ਉਹਨੂੰ ਦੋਵੇਂ ਚੀਜ਼ਾਂ ਜ਼ਰੂਰੀ ਹਨ, ਇੱਕ ਬਾਣੀ ਤੇ ਨਾਲ ਬਾਣਾ। ਜਿਸ ਜਗ੍ਹਾ ਉੱਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਅੱਜ ਨਮਸਕਾਰ ਕੀਤੀ ਹੈ ਦਮਦਮੀ ਟਕਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ, ਇਹ ਜਗ੍ਹਾ ਕੋਈ ਮਾਮੂਲੀ ਜਗ੍ਹਾ ਨਹੀਂ ਹੈ। ਇਸ ਜਗ੍ਹਾ ਦਾ 20ਵੀਂ ਸਦੀ ਦੇ ਵਿੱਚ ਸਭ ਤੋਂ ਵੱਡਾ ਇਤਿਹਾਸ ਹੈ। ਇੱਥੇ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਇਸ ਨਗਰ ਦੇ ਵਿੱਚ ਚਰਨ ਪਾਏ ਸਿੰਘ ਬੇਲੇ ਮਹਾਂਪੁਰਸ਼ ਕਥਾ ਕਰਦੇ ਰਹੇ। ਉਹਨਾਂ ਤੋਂ ਉਪਰੰਤ ਪੰਥ ਰਤਨ ਵਿਦਿਆ ਮਾਰਤੰਡ ਬ੍ਰਹਮ ਗਿਆਨੀ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਸਤਿਪੁਰਸ਼ਾਂ ਨੇ ਇਸ ਜਗ੍ਹਾ ਉੱਤੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਔਰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਪੰਥ ਦੇ ਵਿੱਚ ਜਿਹੜਾ ਖਾਲਸਾ ਸ਼ਬਦ ਅਸੀਂ ਨਾਮ ਦੇ ਨਾਲ ਲਾਉਂਦੇ ਹਾਂ ਨਾ, ਜਿਵੇਂ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਭਾਈ ਸਵਰਨ ਸਿੰਘ ਖਾਲਸਾ, ਭਾਈ ਗੁਰਮੁਖ ਸਿੰਘ ਖਾਲਸਾ,
ਇਹ ਸਭ ਤੋਂ ਪਹਿਲਾਂ ਮਹਾਂਪੁਰਸ਼ ਸਤਿਪੁਰਸ਼ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਇਸ ਤਖੱਲਸ ਨੂੰ ਪੰਥ ਦੇ ਵਿੱਚ ਪ੍ਰਚਲਿਤ ਕੀਤਾ ਸੀ ਕਿ ਜਿਹੜਾ ਵੀ ਸਿੱਖ ਅੰਮ੍ਰਿਤਧਾਰੀ ਹੋ ਜੇ ਉਹਦੀ ਜਾਤ ਪਾਤ ਗੋਤ ਗੋਤਰ ਖਾਲਸਾ ਰਹਿ ਜਾਂਦਾ ਹੈ। ਉਹ ਆਨੰਦਪੁਰ ਸਾਹਿਬ ਦਾ ਵਾਸੀ ਹੈ, ਮਾਤਾ ਸਾਹਿਬ ਕੌਰ ਜੀ ਉਹਦੇ ਮਾਤਾ ਜੀ ਹਨ ਅਤੇ ਕਲਗੀਧਰ ਸੱਚੇ ਪਾਤਸ਼ਾਹ ਉਹਦੇ ਪਿਤਾ ਜੀ ਹਨ। ਸੋ ਉਹਨਾਂ ਸਤਿਪੁਰਸ਼ਾਂ ਤੋਂ ਬਾਅਦ ਅੱਜ ਜ਼ਰੂਰੀ ਬੇਨਤੀ ਹੈ, ਇਹ ਬਹੁਤ ਧਿਆਨ ਦੇ ਨਾਲ ਸੁਣਿਓ, ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਵਿਸ਼ੇਸ਼ ਕਰਕੇ ਆਪ ਸੰਗਤ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਨੇ। ਮਹਾਂਪੁਰਸ਼ ਬਚਨ ਕਰਦੇ ਪਏ ਸੀ, ਨਾਲ ਸਰਦਾਰ ਕਸ਼ਮੀਰ ਸਿੰਘ ਜੀ ਸਰਪੰਚ ਸਾਹਿਬ, ਸਾਡੇ ਸਤਿਕਾਰਯੋਗ ਮਾਸਟਰ ਜਸਵੰਤ ਸਿੰਘ ਜੀ ਜਿਨ੍ਹਾਂ ਨੇ ਇਹ ਸਾਰਾ ਹੀ ਪ੍ਰੋਗਰਾਮ ਉਲੀਕਿਆ ਹੈ। ਸੋ ਇਹ ਬਚਨ ਚੱਲਦਾ ਪਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਬੜੀ ਵੱਡੀ ਪੰਥ ਦੇ ਵਿੱਚ ਸੇਵਾ ਕਰਦੇ ਪਏ ਨੇ। ਉਹ ਸੇਵਾ ਕਿਹੜੀ ਹੈ ਜਿਹਦੇ ਉੱਤੇ ਦਸਵੇਂ ਪਾਤਸ਼ਾਹ ਸਭ ਤੋਂ ਵੱਧ ਪ੍ਰਸੰਨ ਹੁੰਦੇ ਹੋ ਕਿ ਅੰਮ੍ਰਿਤ ਛਕਾਉਣਾ, ਗੁਰੂ ਸਾਹਿਬ ਦੇ ਲੜ ਲਾਉਣਾ। ਸੋ ਦਾਸ ਬੇਨਤੀ ਕਰੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਹਠੀ ਜਪੀ ਤਪੀ ਬਚਨਾਂ ਦੇ ਸੂਰੇ ਪੂਰੇ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਇੱਕ ਸਾਨੂੰ ਸੇਧ ਦਿੱਤੀ ਹੈ ਸਾਰੇ ਹੀ ਵਿਦਵਾਨਾਂ ਨੂੰ, ਪ੍ਰਚਾਰਕਾਂ ਨੂੰ ਅਤੇ ਬੋਲਣ ਵਾਲਿਆਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹੋ ਹੀ ਬੋਲ ਬੋਲੋ ਜਿਹੜੇ ਕੱਲ੍ਹ ਨੂੰ ਪੂਰੇ ਕਰ ਸਕੋ। ਸਤਿਪੁਰਸ਼ਾਂ ਨੇ ਇੱਕ ਧਾਰਨਾ ਪੜ੍ਹਨੀ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਅਤੇ ਫਿਰ ਇਸ ਗੱਲ ਦੀ ਪਰਖ ਵੀ ਹੋਈ, ਮਹਾਂਪੁਰਖਾਂ ਦਾ ਐਕਸੀਡੈਂਟ ਹੋ ਗਿਆ, ਡਾਕਟਰ ਕਹਿੰਦੇ ਮਾਈਨਰ ਜਿਹਾ ਓਪਰੇਸ਼ਨ ਆ, ਮਾਈਨਰ ਤਾਂ ਸਮਝਦੇ ਹੀ ਹੋਣੇ ਅੰਗਰੇਜ਼ੀ ਦਾ ਸ਼ਬਦ ਵੀ, ਛੋਟਾ ਜਿਹਾ ਓਪਰੇਸ਼ਨ ਆ, ਜੇ ਸੰਤ ਮਹਾਂਪੁਰਖ ਕਰਾ ਲੈਣ ਤਾਂ ਬੜੀ ਲੰਮੀ ਉਮਰ ਭੋਗਣਗੇ। ਤਾਂ ਜਦੋਂ ਸੰਤਾਂ ਨੂੰ ਦੱਸਿਆ ਗਿਆ ਕਿ ਮਹਾਂਪੁਰਸ਼ੋ ਵੀ ਓਪਰੇਸ਼ਨ ਤਾਂ ਛੋਟਾ ਹੀ ਆ ਪਰ ਰੋਮਾਂ ਦੀ ਬਦਬੀ ਹੋਊਗੀ, ਸਰੀਰ ਦੇ ਉੱਤੋਂ ਰੋਮ ਕੱਟ ਕੇ ਓਪਰੇਸ਼ਨ ਕੀਤਾ ਜਾਵੇਗਾ, ਤਾਂ ਸੰਤ ਮਹਾਂਪੁਰਸ਼ ਜਿਨ੍ਹਾਂ ਤੋਂ ਬੋਲਿਆ ਤਾਂ ਨਹੀਂ ਸੀ ਜਾਂਦਾ ਐਕਸੀਡੈਂਟ ਕਰਕੇ, ਪਰ ਉਹਨਾਂ ਨੇ ਇਸ਼ਾਰਾ ਕਰ ਦਿੱਤਾ ਬੜੇ ਪ੍ਰੇਮ ਦੇ ਨਾਲ ਕਿ ਫਿਰ ਕੀ ਹੋ ਜਾਵੇਗਾ, ਮੰਜੇ 'ਤੇ ਪੈ ਕੇ ਵੀ ਤਾਂ ਮਰਨਾ ਹੀ ਆ ਨਾ ਇੱਕ ਦਿਨ। ਪਰ ਗੁਰੂ ਸਾਹਿਬ ਦੀ ਸਿੱਖੀ ਦੇ ਵਿੱਚ ਕਿਸੇ ਤਰ੍ਹਾਂ ਦਾ ਫਰਕ ਨਹੀਂ ਆਉਣ ਦੇਣਾ ਹੈ। ਇੱਕ ਰੋਮ ਦੀ ਵੀ ਏਡੀ ਵੱਡੀ ਮਹਾਨਤਾ ਹੈ, ਗੁਰੂ ਕੇ ਸਿੱਖੋ ਜਿਹੜੇ ਦਾੜੇ ਕੱਟਦੇ ਨਾ, ਕੇਸ ਕੱਟਦੇ ਤੁਸੀਂ, ਆ ਜਿਹੜੇ ਸਾਡੇ ਸਰੀਰ 'ਤੇ ਨਿੱਕੇ ਨਿੱਕੇ ਰੋਮ, ਇਹਦੀ ਕਿੱਡੀ ਵੱਡੀ ਮਹਾਨਤਾ ਹੈ। ਇੱਕ ਮਹਾਂਪੁਰਖ ਨੇ ਇਸੇ ਕਰਕੇ ਹੀ ਸਰੀਰ ਛੱਡਿਆ ਕਿ ਇਹਨਾਂ ਰੋਮਾਂ ਨੂੰ ਵੀ ਕੈਂਚੀ ਨਹੀਂ ਲੱਗੇਗੀ, ਅਤੇ ਆਪਣਾ ਵਚਨ ਪੂਰਾ ਕੀਤਾ ਸੀ, ਕਿਹੜਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸੋ ਉਹਨਾਂ ਸਤਿਪੁਰਸ਼ਾਂ ਦੀ ਕਮਾਈ ਤੋਂ ਬਾਅਦ ਅੱਜ ਜਿਹੜੀ ਪ੍ਰੇਰਨਾ ਤੁਸੀਂ ਲੈ ਕੇ ਸਾਰੇ ਹੀ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਨਾਲ ਤੁਰੇ ਹੋ, ਉਹ ਕਿਹਦੀ ਪ੍ਰੇਰਨਾ ਹੈ? ਤਾਂ ਉਹਨਾਂ ਸਤਿਪੁਰਸ਼ਾਂ ਤੋਂ ਬਾਅਦ 20ਵੀਂ ਸਦੀ ਦੇ ਮਹਾਨ ਜਰਨੈਲ ਮਰਦੇ ਮੁਜ਼ਾਹਦ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਦਸਤਾਰਬੰਦੀ ਹੋਈ। ਉਹਨਾਂ ਸਤਿਪੁਰਸ਼ਾਂ ਦੀ ਕਿੱਡੀ ਵੱਡੀ ਕਮਾਈ ਹੋਵੇਗੀ ਕਿ ਏਡਾ ਵੱਡਾ ਉਹਨਾਂ ਨੇ ਧਰਮ ਯੁੱਧ ਲੜਿਆ। 20ਵੀਂ ਸਦੀ ਦਾ ਇਤਿਹਾਸ ਜਿਹੜਾ ਹੈ, ਮੈਂ ਮਹਿਤੇ ਨਗਰ ਦੀਆਂ ਸੰਗਤਾਂ ਨੂੰ, ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕਰੂੰਗਾ ਕਿ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਕੋਈ ਆਮ ਜਗ੍ਹਾ ਨਹੀਂ ਹੈ, ਇਹ ਉਹਨਾਂ ਸਤਿਪੁਰਸ਼ਾਂ ਦਾ ਹੈੱਡਕੁਆਟਰ ਆ ਜਿੱਥੇ ਉਹਨਾਂ ਸਤਿਪੁਰਸ਼ਾਂ ਨੇ ਚੌਂਕੜਾ ਲਾ ਕੇ ਚਾਰ ਗੁੰਮਟ ਬਣੇ ਨੇ ਚਾਰੇ ਕੋਨਿਆਂ 'ਚ, ਅਤੇ ਉਹਨਾਂ ਗੁੰਮਟਾਂ 'ਚ ਬਹਿ ਕੇ 125,000 ਜਪਜੀ ਸਾਹਿਬ ਦੇ ਪਾਠ ਦਾ ਅਭਿਆਸ ਕੀਤਾ। 125,000 ਜਪਜੀ ਸਾਹਿਬ ਦੇ ਪਾਠ ਦਾ ਅਭਿਆਸ ਆਪਣੇ ਸਿੰਘਾਂ ਪਾਸੋਂ ਕਰਵਾਇਆ। ਕਿਉਂ ਕਰਵਾਇਆ? ਕਿਉਂਕਿ ਮਹਾਂਪੁਰਸ਼ਾਂ ਨੇ ਬੜੇ ਪ੍ਰੇਮ ਨਾਲ ਆਖਿਆ ਸੀ ਕਿ ਜਦੋਂ ਗੋਲੀਆਂ ਦਾ ਮੀਂਹ ਵਰਦਾ ਵਾ ਨਾ, ਮੀਂਹ ਜਿਵੇਂ ਝੜੀ ਲੱਗਦੀ ਆ,
ਉਦੋਂ ਉਹੀ ਸੂਰਮਾ ਨਿਤਰੇਗਾ ਜਿਹਦੇ ਹਿਰਦੇ ਅੰਦਰ ਬਾਣੀ ਹੋਵੇਗੀ, ਜਿਹਨੇ ਬਾਣੀ ਦਾ ਅਭਿਆਸ ਕੀਤਾ। ਅਤੇ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਵੱਡੇ ਨਹੀਂ ਹਾਂ ਬਈ, ਜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਵੀ ਸੂਰਮਾ ਕੌਣ ਹੈ ਤਾਂ ਮਹਾਰਾਜ ਕਹਿੰਦੇ ਜਿਹੜਾ ਨਾਮ ਜਪੇ ਉਹ ਸੂਰਮਾ ਹੈ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ, ਸੂਰਾ ਆਤਮ ਜਿਣੇ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ। ਸੋ ਉਸ ਸਥਾਨ 'ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਆਉਂਦਿਆਂ ਸਭ ਤੋਂ ਪਹਿਲਾਂ ਨਤਮਸਤਕ ਹੋਏ, ਨਮਸਕਾਰ ਕੀਤੀ, ਉੱਥੋਂ ਦੀ ਚਰਨ ਧੂੜੀ ਮੱਥੇ ਨੂੰ ਲਾਈ। ਕਿਉਂ? ਇਹਨਾਂ ਨੂੰ ਉਸ ਸਥਾਨ ਦੀ ਅਹਿਮੀਅਤ ਪਤਾ ਹੈ, ਇਤਿਹਾਸ ਪਤਾ ਹੈ। ਉਹਨਾਂ ਤੋਂ ਉਪਰੰਤ ਸੰਤ ਬਾਬਾ ਠਾਕੁਰ ਸਿੰਘ ਜੀ, ਇੱਕ ਗੱਲ ਚੇਤੇ ਰੱਖਿਓ, ਕਹਿਣ ਨੂੰ ਜੋ ਮਰਜ਼ੀ ਕਹੀ ਜਾਓ, ਪਰ ਇਹ ਸੰਤ ਬਾਬਾ ਠਾਕੁਰ ਸਿੰਘ ਜੀ ਹੀ ਹਨ ਜਿਨ੍ਹਾਂ ਨੇ ਦਮਦਮੀ ਟਕਸਾਲ ਦਾ ਦੀਵਾ ਜਗਦਾ ਰੱਖਿਆ। ਸੋ ਜਿਸ ਸਥਾਨ ਤੋਂ ਮਹਾਂਪੁਰਸ਼ਾਂ ਨੇ ਗ੍ਰਿਫਤਾਰੀ ਦਿੱਤੀ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਕਿੰਨਾ ਪ੍ਰੇਮ ਹੋਊਗਾ ਇਲਾਕੇ ਦੀ ਸੰਗਤ ਵਿੱਚ। 18 ਸਿੰਘ ਸ਼ਹੀਦ ਹੋਏ ਆ ਗ੍ਰਿਫਤਾਰੀ ਵੇਲੇ। ਇੰਨੀ ਸੰਗਤ ਇਕੱਠੀ ਹੋ ਗਈ ਸੀ ਕਿ ਨਗਰ ਨਿਵਾਸੀ ਸੰਗਤਾਂ ਨੇ ਫਸਲਾਂ ਵੀ ਵੱਢ ਕੇ ਵਿਛਾ ਦਿੱਤੀਆਂ ਸੀ ਕਿ ਬੈਠੋ, ਏਡਾ ਵੱਡਾ ਇਕੱਠ ਹੋਇਆ ਸੀ। ਸੋ ਅੱਜ ਉਹਨਾਂ ਮਹਾਂਪੁਰਸ਼ਾਂ ਦੀ ਯਾਦਗਾਰ, 1984 ਦੇ ਸ਼ਹੀਦਾਂ ਦੀ ਯਾਦਗਾਰ ਦੀ ਸੇਵਾ ਧੰਨ ਗੁਰੂ ਰਾਮਦਾਸ ਸਾਹਿਬ ਨੇ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਪਾਸੋਂ ਲਈ। ਅੱਜ ਅਜਾਇਬ ਘਰ ਦੇ ਵਿੱਚ ਉਹਨਾਂ ਦੀ ਤਸਵੀਰ ਲੱਗੀ, ਕਿੱਡੀ ਵੱਡੀ ਸੇਵਾ ਹੈ। ਸਭ ਤੋਂ ਪਹਿਲਾਂ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਵੀ ਯਾਦ ਹੋਵੇਗਾ ਜੀ, ਇੱਥੇ ਹੀ ਕਰਨਾ ਸ਼ੁਰੂ ਕੀਤਾ ਸੀ। ਔਰ ਇੱਕ ਹੋਰ ਦਾਸ ਬੇਨਤੀ ਕਰੇ ਕਿ ਸ਼੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਵੀ ਆਪਣੇ ਹੱਥੀਂ ਕਰਵਾਈ, ਜਿਹੜਾ ਸਰਕਾਰ ਵੱਲੋਂ ਢਾ ਦਿੱਤਾ ਗਿਆ। ਸੋ ਦਾਸ ਬੇਨਤੀ ਕਰੇ, ਬਹੁਤਾ ਸਮਾਂ ਨਾ ਲਵੇ, ਆਪ ਬੜੇ ਵੱਡਿਆਂ ਭਾਗਾਂ ਵਾਲੇ ਹੋ। ਕਿਉਂ? ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਹੁਲ ਛਕੇ। ਇੱਕ ਦਿਨ ਕਲਗੀ ਧਰ ਮਹਾਰਾਜ ਦਾ ਬਚਨ ਕਹਿ ਕੇ ਸਮਾਪਤੀ ਕਰਾਂ। ਇੱਕ ਦਿਨ ਪਿਆਰੇ ਭਾਈ ਦਇਆ ਸਿੰਘ ਜੀ ਮਹਾਰਾਜ, ਉਹਨਾਂ ਨੂੰ ਦਸਵੇਂ ਪਾਤਸ਼ਾਹ ਨੇ ਇੱਕ ਪ੍ਰਸ਼ਨ ਕੀਤਾ। ਆਪਣੇ ਹੱਥ ਵਿੱਚ ਇੱਕ ਪੱਥਰ ਫੜਿਆ, ਸੱਜੇ ਹੱਥ ਖੱਬੇ ਹੱਥ, ਤਾਂ ਬਾਅਦ ਦੇ ਵਿੱਚ ਚੁੱਕ ਕੇ ਗੋਦਾਵਰੀ 'ਚ ਮਾਰਿਆ। ਅਤੇ ਪਿਆਰੇ ਭਾਈ ਦਇਆ ਸਿੰਘ ਨੂੰ ਇੱਕ ਗੱਲ ਕਹੀ ਕਲਗੀਧਰ ਨੇ, ਦਇਆ ਸਿੰਘ ਇਹ ਪੱਥਰ ਕਿਉਂ ਡੁੱਬਿਆ? ਅਤੇ ਜੇ ਤਾਂ ਹੁੰਦਾ ਨਾ ਕੋਈ ਸਾਡੇ ਵਰਗਾ ਪੜ੍ਹਿਆ ਲਿਖਿਆ, ਉਹਨੇ ਕਹਿਣਾ ਸੀ ਮਹਾਰਾਜ ਗ੍ਰੈਵਿਟੀ ਆ, ਅਤੇ ਗ੍ਰੈਵਿਟੀ ਹਮੇਸ਼ਾ ਉੱਪਰੋਂ ਹੇਠਾਂ ਨੂੰ ਜਾਂਦੀ ਹੈ, ਪ੍ਰਭਾਵ ਜਿਹੜਾ ਆਉਂਦਾ ਉਹ ਉੱਤੋਂ ਥੱਲੇ ਨੂੰ ਆਉਂਦਾ ਹੈ, ਇਸ ਕਰਕੇ ਡੁੱਬ ਗਿਆ ਹੋਵੇਗਾ। ਪਰ ਪਿਆਰੇ ਭਾਈ ਦਇਆ ਸਿੰਘ ਜੀ ਜਾਣਦੇ ਸਨ ਕਿ ਸਤਿਗੁਰੂ ਦਾ ਸਵਾਲ ਬੜਾ ਡੂੰਘਾ ਹੈ, ਅਤੇ ਜੇ ਮੇਰੇ ਤੋਂ ਜਵਾਬ ਨਾ ਦਿੱਤਾ ਗਿਆ ਤਾਂ ਹੋ ਸਕਦਾ ਮੈਂ ਵੀ ਫੇਲ ਹੋ ਜਾਵਾਂ, ਜੇ ਪਰਚਾ ਪਾਉਂਦਾ ਤਾਂ ਪਾਸ ਵੀ ਆਪ ਕਰਾਉਂਦਾ ਹੈ। ਤਾਂ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ 'ਚ ਗੁਪਤੀ, ਅਤੇ ਜਵਾਬ ਪਤਾ ਕੀ ਦਿੱਤਾ ਸੀ ਪਿਆਰੇ ਭਾਈ ਦਇਆ ਸਿੰਘ ਨੇ? ਸੱਚੇ ਪਾਤਸ਼ਾਹ ਤੇਰੇ ਹੱਥਾਂ ਤੋਂ ਵਿਛੜ ਗਿਆ, ਇਸ ਕਰਕੇ ਡੁੱਬ ਗਿਆ। ਜਿਹੜੇ ਦਸਵੇਂ ਪਾਤਸ਼ਾਹ ਤੋਂ ਵਿਛੜ ਜਾਣਗੇ ਉਹ ਇੱਥੇ ਵੀ ਡੁੱਬਣਗੇ ਅਤੇ ਅੱਗੇ ਵੀ ਡੁੱਬਣਗੇ। ਜਿਹੜੇ ਦਸਵੇਂ ਪਾਤਸ਼ਾਹ ਨਾਲ ਜੁੜੇ ਰਹਿਣਗੇ, ਉਹ ਇੱਥੇ ਵੀ ਤਰਨਗੇ ਅਤੇ ਪ੍ਰਲੋਕ ਵਿੱਚ ਵੀ ਤਰਨਗੇ। ਇਹ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਹੁਣ ਦਾਸ ਬਹੁਤਾ ਸਮਾਂ ਨਾ ਲਵੇ ਕਿਉਂਕਿ ਆਪ ਸੰਗਤਾਂ ਬੜੇ ਪ੍ਰੇਮ ਦੇ ਨਾਲ, ਪੂਰਾ ਇਲਾਕਾ ਹੀ ਇਕੱਠਾ ਹੋਇਆ ਹੈ। ਸੋ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਦਾਸ ਵਿਸ਼ੇਸ਼ ਕਰਕੇ ਸਤਿਕਾਰ ਕਰਦਾ ਹੈ, ਜਿਨ੍ਹਾਂ ਨੇ ਬੜੀ ਵੱਡੀ ਲਹਿਰ ਚਲਾਈ ਹੈ ਅਤੇ ਨੌਜਵਾਨਾਂ ਨੂੰ ਚੰਗੇ ਪਾਸੇ ਤੋਰਿਆ ਹੈ। ਇਸ ਦੀ ਬੜੀ ਲੋੜ ਸੀ, ਨੌਜਵਾਨ ਨਸ਼ੇ ਕਰ ਕਰਕੇ ਅਜਾਈ ਆਪਣਾ ਮਨੁੱਖਾ ਜਨਮ ਜਿਹੜਾ ਸਰੀਰ ਹੈ ਉਹਨੂੰ ਖਰਾਬ ਕਰ ਰਹੇ ਨੇ, ਉਹਨੂੰ ਗਵਾ ਰਹੇ ਹਨ। ਇਹ ਵੀ ਨਹੀਂ ਪਤਾ ਵੀ ਮਹਾਰਾਜ ਨੇ ਕਿਤੋਂ ਸੇਵਾ ਲੈ ਲੈਣੀ ਹੈ,
भाई सुखविंदर सिंह जी अगवान शहीद भाई सतवंत सिंह जी के भतीजे बाबा जी के दर्शन करन आए। बड़े प्रेम ना फतेह बुलाई, इथों तक नमस्कार भी की, सत्कार किया भी महापुरखो तुसी बड़ी वड्डी देण महापुरखां दी यादगार कैंप की है। दिल्ली दी हिक ते ओ दीवा बलदा पिया है कि जिन्ना दिल्ली दे नाल ही मथा लाया होवे उन्हां दी यादगार उसे देश विच कायम होवे। सो उन्हां एक बचन सुनाया, दास भी बैठा सी, कहिंदे भाई सतवंत सिंह ने आपदे पिंड च कुत्ते नूं भी सूटी नहीं मारी, ते जिद्दण मारन ते आए उद्दण प्रधानमंत्री रेड़ छड्डी है। अज भी जाके उन्होंने पिंड पुछ लो, कहिंदे ना ये गुरु की सेवा है, उन्हें पता नहीं किहदे ते कृपा करके लै लैणी है। सो भुल चुक की खिमा जी, दास महापुरशां वालों हाजरी भरदा खिमा का जाचक है। वाहिगुरु जी का खालसा।